ਤਾ ਹੁਣ ਪੰਜਾਬ ਸਰਕਾਰ ਸਰਕਾਰ ਆਪ ਦੇ ਦਵਾਰ ਇੱਕ ਨਵਾਂ ਜਿਹੜਾ ਪ੍ਰੋਜੈਕਟਾ ਸ਼ੁਰੂ ਕਰਨ ਜਾ ਰਹੀ ਹੈ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਇਸ ਵਕਤ ਅਸੀਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਅੰਦਰ ਸੇਵਾ ਕੇਂਦਰ ਦੇ ਸਾਹਮਣੇ ਖੜੇ ਹਾਂ ਜਿੱਥੇ ਹੁਣ ਤੋਂ ਤਕਰੀਬਨ 1 ਮਹੀਨਾ ਪਹਿਲਾਂ ਜਿਹੜਾ ਇਹ ਪਾਇਲਟ ਪ੍ਰੋਜੈਕਟਾ ਸ਼ੁਰੂ ਕੀਤਾ ਗਿਆ ਸੀ ਤੁਹਾਨੂੰ ਤਸਵੀਰਾਂ ਦਿਖਾ ਦਈਏ ਇਹ ਸੇਵਾ ਕੇਂਦਰਾਂ ਸੰਗਰੂਰ ਦਾ ਜਿੱਥੇ ਕਿ ਹੁਣ ਤੋਂ 1 ਮਹੀਨਾ ਪਹਿਲਾਂ ਜਿਹੜਾ ਇਹ ਪਾਇਲਟ ਪ੍ਰੋਜੈਕਟ ਆ ਸ਼ੁਰੂ ਕੀਤਾ ਗਿਆ ਸੀ ਜਿਸ ਦੇ ਵਿੱਚ ਦਿੱਲੀ ਦੀ ਤਰਜ਼ ਦੇ ਉੱਪਰ ਦਿੱਲੀ ਸਰਕਾਰ ਦੀ ਤਰਜ਼ ਦੇ ਉੱਪਰ 43 ਦਸਤਾਵੇਜ਼ ਤੁਹਾਡੇ ਜਿਹੜੇ ਤੁਹਾਨੂੰ ਜਿਨ੍ਹਾਂ ਦੀ ਜ਼ਰੂਰਤ ਪੈਂਦੀ ਆ ਚਾਹੇ ਉਹ ਨਵੇਂ ਬਣਵਾਉਣੇ ਹੋਣ ਚਾਹੇ ਉਹਨਾਂ ਦੇ ਵਿੱਚ ਕੁਝ ਅਪਡੇਟ ਕਰਨਾ ਹੋਵੇ ਤਾਂ 43 ਤੁਹਾਡੇ ਦਸਤਾਵੇਜ਼ ਹੁਣ ਤੁਹਾਡੇ ਘਰ ਸਰਕਾਰੀ ਨੁਮਾਇੰਦਾ ਖੁਦ ਆ ਕੇ ਨਵਾਂ ਬਣਾ ਕੇ ਜਾਊਗਾ ਜਾਂ ਉਹਨੂੰ ਠੀਕ ਕਰਕੇ ਜਾਊਗਾ ਤਾਂ ਸਰਕਾਰ ਤੁਹਾਡੇ ਦਵਾਰ ਖੁਦ ਆਊਗੀ ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ ਕਿ ਚਾਹੇ ਤੁਹਾਡਾ ਨਵਾਂ ਬਰਥ ਸਰਟੀਫਿਕੇਟ ਬਣਾਉਣਾ ਹੋਵੇ ਇਨਕਮ ਸਰਟੀਫਿਕੇਟ ਜਾਂ ਕਿਸੇ ਵੀ ਤਰੀਕੇ ਦਾ ਜਿਹੜਾ ਕੋਈ ਕਾਗਜ਼ ਪੱਤਰ ਹੋਵੇ ਤਾਂ 43 ਦਸਤਾਵੇਜ਼ ਜਿਹੜੇ ਹੈਗੇ ਨੇ ਹਰ ਇੱਕ ਤਰੀਕੇ ਦੇ ਜਿਹੜੇ ਤੁਹਾਡੇ ਘਰ ਦੇ ਵਿੱਚ ਆ ਕੇ ਸਰਕਾਰੀ ਨੁਮਾਇੰਦਾ ਤੁਹਾਨੂੰ ਠੀਕ ਕਰਕੇ ਜਾਊਗਾ ਤੁਸੀਂ 1076 ਦੇ ਉੱਪਰ ਕਾਲ ਕਰਨੀ ਆ ਜਿਸ ਤੋਂ ਬਾਅਦ ਸਰਕਾਰੀ ਨੁਮਾਇੰਦਾ ਤੁਹਾਡੇ ਘਰ ਆਊਗਾ ਤੁਹਾਡੇ ਕਲੇਕਲੇ ਡਾਕੂਮੈਂਟ ਨੂੰ ਚੈੱਕ ਕਰੂਗਾ ਤੁਹਾਡੀ ਫੋਟੋ ਲਊਗਾ ਤੁਹਾਡਾ ਬਾਇਓਮੈਟ੍ਰਿਕ ਲਊਗਾ ਆਧਾਰ ਕਾਰਡ ਦੀ ਕਾਪੀ ਲਊਗਾ ਤੇ ਤੁਹਾਡਾ ਜਿਹੜਾ ਪ੍ਰੋਸੈਸ ਆ ਤੁਹਾਡੇ ਘਰ ਬੈਠੇ ਬੈਠੇ ਸ਼ੁਰੂ ਹੋਊਗਾ ਕੱਲ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੀ ਇਹ ਸਰਵਿਸ ਆ ਪੰਜਾਬ ਦੇ ਲੋਕਾਂ ਦੇ ਲਈ ਉਹ ਸ਼ੁਰੂ ਕਰਨ ਜਾ ਰਹੇ ਨੇ ਤੇ ਇਸ ਦੀ ਸ਼ੁਰੂਆਤ 1 ਮਹੀਨਾ ਪਹਿਲਾਂ ਸੰਗਰੂਰ ਦੇ ਵਿੱਚ ਹੋਈ ਸੀ ਸੰਗਰੂਰ ਦੇ ਲੋਕ ਕੀ ਕਹਿੰਦੇ ਨੇ ਸੰਗਰੂਰ ਦੇ ਲੋਕਾਂ ਨੂੰ ਕਿੰਨਾ ਕੁ ਜ਼ਿਆਦਾ ਫਾਇਦਾ ਹੋਇਆ ਉਹ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਪਰ ਹੁਣ ਇਹ ਜਿਹੜੀ ਸੁਗਾਤ ਆ ਪੂਰੇ ਪੰਜਾਬ ਵਾਸੀਆਂ ਨੂੰ ਮੁੱਖ ਮੰਤਰੀ ਭਗਵੰ ਦੇ ਵੱਲੋਂ ਹੁਣ ਦਿੱਤੀ ਜਾ ਰਹੀ ਆ ਹਾਂ ਕੀ ਕਰਉਣਾ ਹੈ ਤੁਸੀਂ ਮੈਦਾਰ ਕਰਾਣਾ ਅਪਡੇਟ ਕਰਾਣਾ ਹੈ ਬੇਟੇ ਦਾ ਜੀ ਸਹੀ ਤੇ ਕਿਨਹਰੇ ਹਾਂਜੀ ਪੂਰਾ ਵਧੀਆ ਹੋ ਰਿਹਾ ਜੀ ਕੋਈ ਪ੍ਰੋਬਲਮ ਨਹੀਂ ਨਾ ਨਹੀਂ ਕੋਈ ਪ੍ਰੋਬਲਮ ਨਹੀਂ ਹੈ ਜੀ ਕਿਵੇਂ ਦੇਖਦੇ ਹੋ ਪਹਿਲਾਂ ਇਹਨਾਂ ਕਮਾਂ ਚ ਕਾਫੀ ਟਾਈਮ ਲੱਗਦਾ ਹਾਂਜੀ ਕਾਫੀ ਟਾਈਮ ਲੱਗਿਆ ਤੇ ਭੀੜ ਭੜੱਕਾ ਵਾਲੇ ਹੁੰਦੇ ਸੀ ਜੀ ਹੁਣ ਟਾਈਮ ਟੂ ਟਾਈਮ ਗੱਲ ਕੰਮ ਹੋ ਜਾਂਦਾ ਜੀ ਤੇ ਹੁਣ ਇਹ ਘਰਾਂ 'ਚ ਵੀ ਸਰਵਿਸ ਸ਼ੁਰੂ ਹੋ ਜੂਗੀ ਘਰ ਬੈਠੇ ਬੈਠੇ ਨੇ ਹੁਣ ਜੋ ਚੀਜ਼ ਨੂੰ ਕਿਵੇਂ ਦੇਖਦੇ ਬਹੁਤ ਵਧੀਆ ਬਹੁਤ ਵਧੀਆ ਸਰਕਾਰ ਦਾ ਉਹ ਉਪਰਾਲਾ ਹੈ ਜੀ ਇਹ ਤੇ ਆ ਜਿਹੜੇ ਲੋਕ ਨੇ ਜੀ ਜ਼ਿਆਦਾ ਅਪਡੇਟ ਹੋ ਜਾਣਗੇ ਜੀ ਇਸ ਸਰਕਾਰ ਦੇ ਕਈ ਵਾਰ ਇਹ ਕਾਗਜ਼ ਪੱਤਰਾ ਹੁਣ ਬਹੁਤ ਟਾਈਮ ਲੱਗ ਜਾਂਦਾ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੁਣ ਸਮੇਂ ਵੀ ਬਚਤ ਹੋ ਰਹੀ ਹੈ ਕਿੰਨਾ ਕ ਫਾਇਦਾ ਦੇਖਦੇ ਹਾਂ ਹਾਂ ਜੀ ਬਹੁਤ ਬਹੁਤ ਬਚਤ ਹੋ ਰਹੀ ਹੈ ਜੀ ਇਸ ਕੰਮ ਵੀ ਤੇ ਜੋ ਵੀ ਕੰਮ ਨੇ ਕਰ ਬੈਠੇ ਹੋ ਜਾਂਦੇ ਨੇ ਉਸੇ ਕਰਕੇ ਜੀ ਫਾਇਦਾ ਹਾਈ ਬੂਰਾ ਫਾਇਦਾ ਹੋ ਰਿਹਾ ਜੀ ਅਗਰ ਇਹ ਪੂਰੇ ਪੰਜਾਬ ਚ ਸਰਵਿਸ ਚੱਲ ਜੂ ਤਾਂ ਉਹ ਟੀਨ ਕਿਵੇਂ ਦੇਖਾਂ ਬਹੁਤ ਬੜੀ ਇਸ ਕੰਮ ਨੂੰ ਬਹੁਤ ਸਾਡੇ ਲੋਕਾਂ ਦਾ ਸਮੇਂ ਦਾ ਫਾਇਦਾ ਹਾਂਜੀ ਹਾਂਜੀ ਚਰਨਜੀਤ ਕੌਸ਼ਲ ਸੰਗਰੂਰ ਤੋਂ ਨਿਊਜ਼ 24 ਪੰਜਾਬ ਤਾਂ ਹੁਣ ਪੰਜਾਬ ਸਰਕਾਰ ਸਰਕਾਰ ਆਪ ਦੇ ਦਵਾਰ ਇੱਕ ਨਵਾਂ ਜਿਹੜਾ ਪ੍ਰੋਜੈਕਟਾ ਸ਼ੁਰੂ ਕਰਨ ਜਾ ਰਹੀ ਹੈ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਇਸ ਵਕਤ ਅਸੀਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਅੰਦਰ ਸੇਵਾ ਕੇਂਦਰ ਦੇ ਸਾਹਮਣੇ ਖੜੇ ਹਾਂ ਜਿੱਥੇ ਹੁਣ ਤੋਂ ਤਕਰੀਬਨ 1 ਮਹੀਨਾ ਪਹਿਲਾਂ ਜਿਹੜਾ ਇਹ ਪਾਇਲਟ ਪ੍ਰੋਜੈਕਟਾ ਸ਼ੁਰੂ ਕੀਤਾ ਗਿਆ ਸੀ ਤੁਹਾਨੂੰ ਤਸਵੀਰਾਂ ਦਿਖਾ ਦਈਏ ਇਹ ਸੇਵਾ ਕੇਂਦਰਾਂ ਸੰਗਰੂਰ ਦਾ ਜਿੱਥੇ ਕਿ ਹੁਣ ਤੋਂ 1 ਮਹੀਨਾ ਪਹਿਲਾਂ ਜਿਹੜਾ ਇਹ ਪਾਇਲਟ ਪ੍ਰੋਜੈਕਟ ਆ ਸ਼ੁਰੂ ਕੀਤਾ ਗਿਆ ਸੀ ਜਿਸ ਦੇ ਵਿੱਚ ਦਿੱਲੀ ਦੀ ਤਰਜ਼ ਦੇ ਉੱਪਰ ਦਿੱਲੀ ਸਰਕਾਰ ਦੀ ਤਰਜ਼ ਦੇ ਉੱਪਰ 43 ਦਸਤਾਵੇਜ਼ ਤੁਹਾਡੇ ਜਿਹੜੇ ਤੁਹਾਨੂੰ ਜਿਨ੍ਹਾਂ ਦੀ ਜ਼ਰੂਰਤ ਪੈਂਦੀ ਆ ਚਾਹੇ ਉਹ ਨਵੇਂ ਬਣਵਾਉਣੇ ਹੋਣ ਚਾਹੇ ਉਹਨਾਂ ਦੇ ਵਿੱਚ ਕੁਝ ਅਪਡੇਟ ਕਰਨਾ ਹੋਵੇ ਤਾਂ 43 ਤੁਹਾਡੇ ਦਸਤਾਵੇਜ਼ ਹੁਣ ਤੁਹਾਡੇ ਘਰ ਸਰਕਾਰੀ ਨੁਮਾਇੰਦਾ ਖੁਦ ਆ ਕੇ ਨਵਾਂ ਬਣਾ ਕੇ ਜਾਊਗਾ ਜਾਂ ਉਹਨੂੰ ਠੀਕ ਕਰਕੇ ਜਾਊਗਾ ਤਾਂ ਸਰਕਾਰ ਤੁਹਾਡੇ ਦਵਾਰ ਖੁਦ ਆਊਗੀ ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ ਕਿ ਚਾਹੇ ਤੁਹਾਡਾ ਨਵਾਂ ਬਰਥ ਸਰਟੀਫਿਕੇਟ ਬਣਾਉਣਾ ਹੋਵੇ ਇਨਕਮ ਸਰਟੀਫਿਕੇਟ ਜਾਂ ਕਿਸੇ ਵੀ ਤਰੀਕੇ ਦਾ ਜਿਹੜਾ ਕੋਈ ਕਾਗਜ਼ ਪੱਤਰ ਹੋਵੇ ਤਾਂ 43 ਦਸਤਾਵੇਜ਼ ਜਿਹੜੇ ਹੈਗੇ ਨੇ ਹਰ ਇੱਕ ਤਰੀਕੇ ਦੇ ਜਿਹੜੇ ਤੁਹਾਡੇ ਘਰ ਦੇ ਵਿੱਚ ਆ ਕੇ ਸਰਕਾਰੀ ਨੁਮਾਇੰਦਾ ਤੁਹਾਨੂੰ ਠੀਕ ਕਰਕੇ ਜਾਊਗਾ ਤੁਸੀਂ 1076 ਦੇ ਉੱਪਰ ਕਾਲ ਕਰਨੀ ਆ ਜਿਸ ਤੋਂ ਬਾਅਦ ਸਰਕਾਰੀ ਨੁਮਾਇੰਦਾ ਤੁਹਾਡੇ ਘਰ ਆਊਗਾ ਤੁਹਾਡੇ ਕੱਲੇ-ਕੱਲੇ ਅਨ ਡਾਕੂਮੈਂਟ ਨੂੰ ਚੈੱਕ ਕਰੂਗਾ ਤੁਹਾਡੀ ਫੋਟੋ ਲਊਗਾ ਤੁਹਾਡਾ ਬਾਇਓਮੈਟ੍ਰਿਕ ਲਊਗਾ ਆਧਾਰ ਕਾਰਡ ਦੀ ਕਾਪੀ ਲਊਗਾ ਤੇ ਤੁਹਾਡਾ ਜਿਹੜਾ ਪ੍ਰੋਸੈਸ ਆ ਤੁਹਾਡੇ ਘਰ ਬੈਠੇ ਬੈਠੇ ਸ਼ੁਰੂ ਹੋਊਗਾ ਕੱਲ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੀ ਇਹ ਸਰਵਿਸ ਆ ਪੰਜਾਬ ਦੇ ਲੋਕਾਂ ਦੇ ਲਈ ਉਹ ਸ਼ੁਰੂ ਕਰਨ ਜਾ ਰਹੇ ਨੇ ਤੇ ਇਸ ਦੀ ਸ਼ੁਰੂਆਤ 1 ਮਹੀਨਾ ਪਹਿਲਾਂ ਸੰਗਰੂਰ ਦੇ ਵਿੱਚ ਹੋਈ ਸੀ ਸੰਗਰੂਰ ਦੇ ਲੋਕ ਕੀ ਕਹਿੰਦੇ ਨੇ ਸੰਗਰੂਰ ਦੇ ਲੋਕਾਂ ਨੂੰ ਕਿੰਨਾ ਕੁ ਜ਼ਿਆਦਾ ਫਾਇਦਾ ਹੋਇਆ ਉਹ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਪਰ ਹੁਣ ਇਹ ਜਿਹੜੀ ਸੁਗਾਤ ਆ ਪੂਰੇ ਪੰਜਾਬ ਵਾਸੀਆਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਹੁਣ ਦਿੱਤੀ ਜਾ ਰਹੀ ਆ ਹਾਂ ਕੀ ਮਹਦਾਰ ਕਰਨਾ ਪਟੜੀ ਕਰਾਣਾ ਹੈ ਬੇਟੇ ਦਾ ਜੀ ਸਹੀ ਤੇ ਕਿਨਾਰੇ ਹਾਂ ਜੀ ਪੂਰਾ ਵਧੀਆ ਹੋ ਰਿਹਾ ਜੀ ਕੋਈ ਪ੍ਰੋਬਲਮ ਕੋਈ ਨਹੀਂ ਨਾ ਨਹੀਂ ਕੋਈ ਪ੍ਰੋਬਲਮ ਨਹੀਂ ਹੈ ਜੀ ਕਿਵੇਂ ਦੇਖਦੇ ਹੋ ਪਹਿਲਾਂ ਇਹਨਾਂ ਕਮਾਂ ਚ ਕਾਫੀ ਟਾਈਮ ਲੱਗਦਾ ਹਾਂ ਜੀ ਕਾਫੀ ਟਾਈਮ ਲੱਗਿਆ ਦੀ ਢੀੜਪੜਕਾ ਵਾਲੇ ਹੁੰਦੇ ਦੀ ਜੀ ਹੁਣ ਟਾਈਮ ਟੂ ਟਾਈਮ ਗੱਲ ਕੰਮ ਹੋ ਜਾਂਦਾ ਜੀ ਤੇ ਹੁਣ ਇਹ ਘਰਾਂ ਚ ਵੀ ਸਰਵਿਸ ਸ਼ੁਰੂ ਹੋ ਜੂਗੀ ਘਰ ਬੈਠੇ ਬੈਠੇ ਨੇ ਹੁਣ ਜੋ ਚੀਜ਼ ਨੂੰ ਕਿਵੇਂ ਦੇਖਦੇ ਬਹੁਤ ਵਧੀਆ ਬਹੁਤ ਵਧੀਆ ਸਰਕਾਰ ਦਾ ਉਪਰਾਲਾ ਹੈ ਜੀ ਇਹ ਤੇ ਜਿਹੜੇ ਲੋਕ ਨੇ ਜੀ ਜਿਆਦਾ ਅਪਡੇਟ ਹੋ ਜਾਣਗੇ ਜੀ ਸਰਕਾਰ ਦੇ ਕਈ ਵਾਰ ਇਹ ਕਾਗਜ਼ ਪੱਤਰ ਹੁਣ ਬਹੁਤ ਟਾਈਮ ਲੱਗ ਜਾਂਦਾ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੁਣ ਸਮੇਂ ਦੀ ਬੱਚਤ ਹੋ ਰਹੀ ਹੈ ਕਿੰਨਾ ਕੁ ਫਾਇਦਾ ਦੇਖਦੇ ਹਾਂ ਹਾਂ ਜੀ ਬਹੁਤ ਬਹੁਤ ਬੱਚਤ ਹੋ ਰਹੀ ਹੈ ਜੀ ਇਸ ਕੰਮ ਵੀ ਤੇ ਜੋ ਵੀ ਕੰਮ ਨੇ ਘਰ ਬੈਠੇ ਹੋ ਜਾਂਦੇ ਨੇ ਉਸੇ ਕਰਕੇ ਜੀ ਫਾਇਦਾ ਹਾਂ ਜੀ ਪੂਰਾ ਫਾਇਦਾ ਹੋ ਰਿਹਾ ਜੀ ਅਗਰ ਇਹ ਪੂਰੇ ਪੰਜਾਬ 'ਚ ਸਰਵਿਸ ਚੱਲ ਜੂਦਾ ਉਹ ਟੀਨ ਕਿਵੇਂ ਦੇਖਦੇ ਬਹੁਤ ਬੜੀ ਇਸ ਕੰਮ ਨਾਲ ਬਹੁਤ ਸਾਡੇ ਲੋਕਾਂ ਦਾ ਸਮੇਂ ਦਾ ਫਾਇਦਾ ਹਾਂ ਜੀ ਹਾਂ ਜੀ ਚਰਨਜੀਤ ਕੌਸ਼ਲ ਸਿੰਘ ਗੁਰੂ ਤੋਂ ਨਿਊਜ਼ ਦੇ ਵਿੱਚ ਪੰਜਾਬ